चैनल 7 ते थोड़ा स्वागत है। अज असी गल करांगे बिग बॉस 16 बारे। बिग बॉस सीजन 16 विच देश दे कुछ वड्डे सितारियां दी वापसी देखण नू मिलेगी। मुकाबलेबाजां च सलमान खान होस्ट दे तौर ते शामिल हन। शो कुछ नाटकी मोड़ां दे नाल इक रोमांचक सीजन दा वादा करदा है। मुकाबलेबाजां नू टीमां विच वंडिया जावेगा अते शो जित्तण लई इक लड़ाई विच बंद हो जावेगा। चुनौतियां मानसिक तो लैके शरीरिक तक होणगियां अते प्रतियोगियां नू उहनां दीआं सीमावां तक परखणगियां। हर साल बिग बॉस निर्माता अजिहे प्रतियोगियां नू शामिल करन दी कोशिश करदे हन जो दर्शकां दा मनोरंजन कर सकण। इह समां कोई अपराध नहीं है। बिग बॉस 16 विच दर्शक उहनां मशहूर हस्तियां नू देखण जा रहे हन जिन्हां दा अतीत विवादपूर्ण रिहा है। ਇੱਥੇ ਸਲਮਾਨ ਖਾਨ ਦੇ ਰਿਐਲਿਟੀ ਸ਼ੋਅ ਦੇ ਪ੍ਰਤੀਯੋਗੀਆਂ ਦੀ ਪੁਸ਼ਟੀ ਕੀਤੀ ਸੂਚੀ ਤੇ ਇੱਕ ਨਜ਼ਰ ਮਾਰੀ ਜਾ ਰਹੀ ਹੈ। ਨਿਮਰਤ ਪ੍ਰਸਿੱਧ ਪ੍ਰਤੀਯੋਗੀਆਂ ਵਿੱਚੋਂ ਇੱਕ ਨੂੰ ਘਰ ਦੀ ਪਹਿਲੀ ਕਪਤਾਨ ਵਜੋਂ ਨਾਮਸ਼ੰਦ ਕੀਤਾ ਗਿਆ ਸੀ ਕਿਉਂਕਿ ਉਹ ਸ਼ੋਅ ਵਿੱਚ ਦਾਖਲ ਹੋਣ ਵਾਲੀ ਪਹਿਲੀ ਪ੍ਰਤੀਯੋਗੀ ਸੀ। ਅਰਚਨਾ ਗੌਤਮ ਅਤੇ ਨਿਮਰਤ ਵਿੱਚ ਪ੍ਰੀਮੀਅਰ ਵਾਲੇ ਦਿਨ ਬਿਸਤਰਾ ਬਦਲਣ ਨੂੰ ਲੈ ਕੇ ਛੋਟੀ ਜਿਹੀ ਲੜਾਈ ਹੋਈ ਸੀ। छोटी सरदारनी नाल प्रसिद्धि प्राप्त करन वाली फेमिना मिस इंडिया मणिपुर 2018 फेम निमृत कौर आलूवालिया बिग बॉस 16 दा हिस्सा है। अभिनेत्री ने सेहत समस्यावां दे कारण इस साल दे शुरू विच डेली सौप छड्ड दित्ता सी। उसने दस्या, मैं महसूस करदी हाँ कि जिस माध्यम दा असी हिस्सा हाँ उस लई इक खास किस्म दी प्रतिबंधता दी लोड़ हुंदी है। मैं वख वख स्थितियां दा सामना कीता है, लगातार अपने आप नूं धक्का दिता है अते शूटिंग दौरान 100% तो वध दिता है। पर कई बार जिंदगी विच इह चुनना महत्वपूर्ण हो जाता है थोड़ा अते थोड़ी तंदरुस्ती। मैं सैट ते 3 साल बिताए हन अते मैं चाहुंदी हाँ कि मैं इस नूं जारी रख सकदी, पर इह मेरे लिए सही नहीं हुंदा। मैनू समां कढ़न दी लोड़ सी। रैपर MC स्टैन बिग बॉस 16 दा हिस्सा है। ਉਹ ਆਪਣੇ ਅੰਦਾਜ਼ ਵਿੱਚ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਉਸ ਨੂੰ ਦੇਖਣਾ ਮਜ਼ੇਦਾਰ ਹੋਵੇਗਾ। ਸ਼ੋਅ 'ਤੇ ਉਹਨਾਂ ਨੂੰ ਪੇਸ਼ ਕਰਦੇ ਹੋਏ ਸਲਮਾਨ ਨੇ ਖੁਦ ਕਿਹਾ ਹੈ ਕਿ ਉਹਨਾਂ ਨੇ 12 ਸਾਲਾਂ ਤੋਂ ਹੋਸਟ ਕੀਤਾ ਹੈ ਪਰ ਐਸਾ ਆਈਟਮ ਪਹਿਲੀ ਵਾਰ ਆਇਆ ਹੈ। ਭਾਰਤੀ ਅਭਿਨੇਤਰੀ ਟੀਨਾ ਦੱਤਾ ਉਤਰਨ ਵਿੱਚ ਉਸ ਨੂੰ ਇੱਛਾ ਅਤੇ ਮਿੱਠੀ ਖੇਡਣ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਸੀ। ਉਹ ਮਹਾਨ ਸ਼ੋਅ ਸ਼ਨੀ ਅਤੇ ਨਾਲ ਨਾਲ ਸਟੰਟ ਆਧਾਰਿਤ ਰਿਐਲਿਟੀ ਪ੍ਰੋਗਰਾਮ ਫੇਅਰ ਫੈਕਟਰ ਖਤਰੋਂ ਕੀ ਖਿਲਾੜੀ 7 ਵਿੱਚ ਦਿਖਾਈ ਦਿੱਤੀ। ਉਡਾਰੀਆਂ ਦਾ ਫਤਿਹ ਉਰਫ ਅੰਕਿਤ ਗੁਪਤਾ ਬਿਗ ਬੋਸ 16 ਦਾ ਇੱਕ ਪੱਕਾ ਪ੍ਰਤੀਯੋਗੀ ਹੈ। ਅਭਿਨੇਤਾ ਜੋ ਸੋਸ਼ਲ ਮੀਡੀਆ ਦੇ ਇੱਕ ਵੱਡੇ ਪ੍ਰਸ਼ੰਸਕ ਦੀ ਸ਼ੇਖੀ ਮਾਰਦਾ ਹੈ ਨੇ ਸਾਡਾ ਹੱਕ, ਬਾਲਿਕਾ ਵਧੂ, ਮਾਇਆਵੀ ਮਲਿੰਗ ਵਰਗੇ ਸ਼ੋਅ ਕੀਤੇ ਹਨ। ਅਰਚਨਾ ਗੌਤਮ ਨੇ ਮਿਸ ਬਿਕਨੀ ਇੰਡੀਆ 2018 ਜਿੱਤੀ ਅਤੇ ਮੋਸਟ ਟੈਲੈਂਟ 2018 ਦਾ ਉੱਪਰ ਸਿਰਲੇਖ ਪ੍ਰਾਪਤ ਕੀਤਾ। ਉਹ ਇੱਕ ਭਾਰਤੀ ਅਭਿਨੇਤਰੀ ਮਾਡਲ ਅਤੇ ਸੁੰਦਰਤਾ ਪ੍ਰਤੀਯੋਗਿਤਾ ਦਾ ਖਿਤਾਬ ਧਾਰਕ ਹੈ। ਸਬੂਲ ਖਾਨ ਇੱਕ ਪ੍ਰਤੀਯੋਗੀ ਹੈ। ਸਟਾਰ ਪਲੱਸ ਦੇ ਪ੍ਰੋਗਰਾਮ ਵਿੱਚ ਸਬੂਲ ਨੂੰ ਇਮਲੀ ਖੇਡਣ ਲਈ ਪਛਾਣਿਆ ਜਾਂਦਾ ਹੈ। ਉਸਦਾ ਔਨ ਸਕਰੀਨ ਰਿਸ਼ਤਾ ਫਹਿਮਾਨ ਖਾਨ ਨਾਲ, ਜੋ ਕਿ ਪ੍ਰੋਗਰਾਮ ਵਿੱਚ ਸਹਿ ਸਟਾਰ ਵੀ ਸੀ, ਨੂੰ ਪਸੰਦ ਕੀਤਾ ਜਾਂਦਾ ਹੈ। ਤਾਜਿਕ ਗਾਇਕ ਅਬਦੁਲ ਰੋਜ਼ਿਕ, ਜੋ ਕਿ ਇੱਕ ਹਿੰਦੀ ਗੀਤ ਇੰਨਾ ਸੋਹਣਾ ਗਾਉਣ ਤੋਂ ਬਾਅਦ ਰਾਤੋਂ ਰਾਤ ਭਾਰਤ ਵਿੱਚ ਸਨਸਨੀ ਬਣ ਗਿਆ ਸੀ, ਬਿਗ ਬੋਸ 16 ਵਿੱਚ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ, ਭਰੋਸਾ ਹੈ ਅਤੇ ਇੱਕ ਸੁਰਖੀ ਬਣਨਾ ਅਤੇ ਲੋਕਾਂ ਨੂੰ ਦੱਸਣਾ ਪਸੰਦ ਕਰੇਗਾ ਕਿ ਕੀ ਕਰਨਾ ਹੈ। ਬਹੁਤ ਸਾਰੇ ਨਹੀਂ ਜਾਣਦੇ ਪਰ ਇਸ ਨੌਜਵਾਨ ਮੁਕਾਬਲੇਬਾਜ਼ ਨੇ ਦੁਨੀਆ ਦੇ ਸਭ ਤੋਂ ਛੋਟੇ ਗਾਇਕ ਦਾ ਰਿਕਾਰਡ ਆਪਣੇ ਨਾਂ ਕੀਤਾ ਹੈ। ਮਾਨਿਆ ਸਿੰਘ ਬਿਗ ਬੋਸ 16 ਦੀ ਇੱਕ ਹੋਰ ਪ੍ਰਤੀਯੋਗੀ ਹੈ। ਉਹਨਾਂ ਲਈ ਜੋ ਸ਼ਾਇਦ ਨਹੀਂ ਜਾਣਦੇ, ਉਹ 2015 ਵਿੱਚ ਫੈਮਿਨਾ ਮਿਸ ਇੰਡੀਆ ਦੀ ਜੇਤੂ ਸੀ। ਜਿਵੇਂ ਕਿ ਇੰਸਟਾਗ੍ਰਾਮ 'ਤੇ ਦੇਖਿਆ ਜਾ ਸਕਦਾ ਹੈ, ਉਸਨੇ ਹਾਲ ਹੀ ਵਿੱਚ ਗਲੋਬਲ ਇੰਡੀਆ ਨੈਸ਼ਨਲ ਸਟਾਰਡਮ ਅਵਾਰਡ 2022 ਵੀ ਜਿੱਤਿਆ ਹੈ। ਸ਼ਾਲਿਨ ਬਨੋਟ ਟੈਲੀਵਿਜ਼ਨ ਵਿੱਚ ਇੱਕ ਪ੍ਰਸਿੱਧ ਨਾਮ ਹੈ। ਅਭਿਨੇਤਾ ਨੇ 7 ਫੇਰੇ, ਸਲੋਨੀ ਦਾ ਸਫ਼ਰ, ਦਿਲ ਮਿਲ ਗਏ ਅਤੇ ਨਾਗਿਨ 4 ਸਮੇਤ ਕਈ ਪ੍ਰਸਿੱਧ ਟੀਵੀ ਸ਼ੋਅ ਕੀਤੇ ਹਨ। ਉਹ 6 ਸਾਲ ਦਲਜੀਤ ਕੌਰ ਨਾਲ ਵਿਆਹਿਆ ਹੋਇਆ ਸੀ। ਦੋਵਾਂ ਨੇ ਤਲਾਕ ਦੀ ਲੜਾਈ ਲੜੀ ਜਿੱਥੇ ਉਸਨੇ ਘਰੇਲੂ ਹਿੰਸਾ ਦਾ ਦੋਸ਼ ਵੀ ਲਗਾਇਆ। ਉਹਨਾਂ ਦਾ ਇੱਕ ਪੁੱਤਰ ਜਾਰਡਨ ਹੈ। ਸੌਂਦਰਿਆ ਸ਼ਰਮਾ ਦਿਮਾਗ ਦੇ ਨਾਲ ਸੁੰਦਰਤਾ ਹੈ। ਅਦਾਕਾਰਾ ਨੇ ਬੈਚਲਰ ਆਫ ਡੈਂਟਲ ਦੀ ਪੜ੍ਹਾਈ ਕੀਤੀ ਹੈ ਅਤੇ ਦਿੱਲੀ ਦੇ ਹਸਪਤਾਲਾਂ ਵਿੱਚ ਰੈਜ਼ੀਡੈਂਸੀ ਦਾ ਪਿੱਛਾ ਕੀਤਾ ਹੈ। ਇਹ ਉਦੋਂ ਹੈ ਜਦੋਂ ਉਸਨੇ ਆਡੀਸ਼ਨ ਦਿੱਤੇ ਅਤੇ ਐਕਟਿੰਗ ਬੱਗ ਨੇ ਉਸਨੂੰ ਫੜ ਲਿਆ
अभिनेत्री नू भोजपुरी इंडस्ट्री दे सुपरस्टार पवन सिंह दे नाल एक रिमिक्स गीत विच भी देखा गया सी। बेंगोली सुंदरी सिरजदा डे जो आखिरी बार टीवी शो ये जादू है जिनका विच नज़र आई सी, जो कि 2020 विच खत्म होया। अभिनेत्री माइकल ब्लोहमपेप एक जर्मन नाल मंगनी कर चुकी है, दोवां दा इस साल विआह करन दी योजना है। शिव ठाकरे एक भारतीय रियलिटी टेलीविजन अदाकार है, 2017 विच उसने MTV रोडीज राइजिंग विच हिस्सा लिया। उसने 2019 विच बिग बॉस मराठी 2 अते 2 एंटी सोशल नेटवर्क विच भी भाग लिया अते विजेता बन गया। प्रियंका एक मॉडल अदाकारा है जिसने कई मशहूर संगीत वीडियोज किते हन, पर प्रसिद्धि लई उसका दावा उडारियां रहा है, जिथे उसने तेजो संधू की भूमिका निभाई सी। उसने गठबंधन अते ये है चाहते वर्गे टीवी शो भी किते हन, ओह शो दी एक पक्की प्रतियोगी है। साजिद खान साबिका अभिनेता कामरान खान अते उसकी पत्नी मेनका खान दे पुत्र दा जन्म मुंबई महाराष्ट्र विच होया सी। फरा खान उसकी भैन एक डांसर निर्देशक निर्माता अते अभिनेत्री है। जदों तो फिल्मकार साजिद खान ने बिग बॉस 16 विच कदम रख्या है, उदों तो ही रियलिटी शो विवादां विच घिर गया है। अजिहियां खबरां आ रहियां सन कि मिट्टू दे दोषी नूं आउण वाले हफ्ते च बाहर दा दरवाजा दिखाया जाएगा। हालांकि नवीं रिपोर्टां च कहा गया है कि ओह घर च ही रहेगा। साजिद ते मंदना करीमी, अहाना कुमारा अते शर्लिन चोपड़ा समेत कईयां ने सैक्सुअल मिसकंडक्ट दे दोष लाए हन। गौतम जो हाल ही विच साथ निभाना साथिया 2 विच देखा गया सी, शो विच एक पक्का प्रतियोगी है। पिंजरा खूबसूरती का, तंत्र, नामकरण अते इश्क सुभान अल्लाह कुछ प्रसिद्ध शो हन जो उसने किते हन। गौतम दा विआह रिचा गेरा नाल होया सी, पर 2 साल पहला उना दा तलाक हो गया सी। गौरी ना गौरी एक डांसर है, ओह अपने राजस्थानी गीत ले फोटो ले दी प्रसिद्धि तो बाद प्रसिद्धि तक पहुंच गई। बिग बॉस 16 दे नाल उसनू सपना जिन्नी ही प्रसिद्धि मिल सकती है। 16वें सीजन दी मेजबानी सलमान खान करनगे। सलमान खान बिग बॉस सीजन 16 लई अपने होस्टिंग कर्तव्यां नू जारी रख रहा है। सूत्रां दे अनुसार TRP दे आंकड़े हर सीजन विच वधदे रहिंदे हन अते सलमान बिग बॉस विच सब तों वध पसंद कीते गए होस्ट हन। बिग बॉस संबंधी होर जानकारी लई सबसक्राइब करो चैनल 7। धन्यवाद।